उसे सुन रहे हो चावला न्यूज नेटवर्क टोरंटो CNN टोरंटो। किदर साहब वेलकम, स्वागत है प्रोग्राम दे विच। जी आयां नूं सत श्री अकाल चावला साहब। सत श्री अकाल सारे दर्शकां, सारे श्रोतां नूं जी धन्नवाद। की हाल चाल? वधिया चावला साहब, फर्स्ट क्लास। तुहानूं मुबारकां, तुहानूं जी 26 साल होण दीआं जी। बड़ा बड़ा सफर होंदा जी, ते बड़ा शांत पूर्वक ते बड़े मतलब कि भी ऐन पाक पवित्र तरीके नाल लंघ जाणा। 26 साल दा सफर बड़ा वड्डा हुंदा चावला साहब जी। साडे नालों भी सीनियर हैगे ने जी, इस स्टेशन ते भी साडे नाल सीनियर हैगे ने, और होर भी साडे नालों सुहिरद सज्जन सीनियर हैगे ने। महाराज सारिआं नूं चढ़दीआं कला बख्शे। असीं 26 साल दा सफर तय कीता प्यार मुहब्बत रंगला पंजाब दे चाहुण वालिआं दे सतकार दे नाल, माण दे नाल, इज्जत दे नाल, उपर वाले दी मेहर सदका, ते तुहाडे वर्गे जिहड़े सज्जन साडे नाल मिले ने उहनां दा भी अहम योगदान है इस दे विच। सो जिवें कि मैं गल कर रहा सी कि कोई साडी प्लैनिंग नहीं हुंदी कि इस पार्टी नूं उत्ते चुकणा, इस पार्टी कोलों चार पैसे लै लईए, जां इत्थों वाली जां उत्थों वाली किसे लीडर दी चिमचागिरी कर लईए। ਮੇਰਾ ਕਾਫੀ ਬਰੇ ਹੋ ਗਏ ਨੇ ਹੁਣ ਤਾਂ ਤੁਹਾਨੂੰ ਵੀ ਪ੍ਰੋਗਰਾਮ ਦੇ ਨਾਲ ਜੁੜਿਆ ਨੂੰ। ਹਾਂਜੀ, ਮੈਨੂੰ ਤਾਂ ਯਾਦ ਨਹੀਂ ਕਿੰਨੇ ਸਾਲ ਹੋ ਗਏ ਨੇ। ਬਿਲਕੁਲ ਬਿਲਕੁਲ, ਇਹਨਾਂ ਸਾਲਾਂ ਦੇ ਵਿੱਚ ਕਦੀ ਇਹੋ ਜਿਹੀ ਪਲੈਨਿੰਗ ਨਹੀਂ ਕਰਕੇ ਪ੍ਰੋਗਰਾਮ ਪੇਸ਼ ਕੀਤਾ। ਸਾਡੀ ਤਾਂ ਆਪਣੀ ਮੇਖਾ ਸਿੰਘ ਫਸ ਜਾਂਦੇ ਨੇ ਕਿ ਕਿਦਾ ਸਾਹਿਬ ਇੰਜ ਨਹੀਂ ਤੇ ਇੰਜ ਹੈ। ਹਾਂਜੀ, ਕਈ ਵਾਰੀ ਮੈਨੂੰ ਫੋਨ ਆਉਂਦੇ ਨੇ ਸਰੋਤਿਆਂ ਦੇ, ਦਰਸ਼ਕਾਂ ਦੇ, ਸਾਡੇ ਟਰੈਕਿੰਗ ਇੰਡਸਟਰੀ, ਸਾਡੀ ਬੈਕਬੋਨ ਚਾਵਲਾ ਜੀ, ਪੱਤਰਕਾਰਾਂ ਨੇ ਫਸ ਜਾਂਦੇ। ਮੈਂ ਕਹਿੰਦੀ ਕਿਸੇ ਵੇਲੇ ਇੰਜ ਲੱਗਦਾ ਕਿ ਜਿਹੜੀ ਗੱਲ ਹੈ ਉਹ ਹੁੰਦਾ ਤੇ 1+1+1+4 ਕਰ ਲੈਂਦੇ ਆ, ਪਰ 2 × 4 ਸਿੱਧੀ ਚੰਗੀ ਲੱਗਦੀ ਹੈ ਨਾ। ਉਹ ਤਾਂ ਲੀਕਾਂ ਜ਼ਿਆਦੀਆਂ ਮਾਰਨੀਆਂ ਪੈਂਦੀਆਂ। ਆਸਟ੍ਰੇਲੀਆ 'ਚ ਵਿਕਟੋਰੀਆ ਸੂਬੇ ਤੋਂ ਬਾਅਦ ਹੁਣ ਕੇਂਦਰੀ ਸੰਸਦ ਕੈਨਬਰਾ ਦੇ ਵਿੱਚ ਸ਼ਸ਼ੋਭਤ ਹੋਈ ਹੈ ਗੀਤਾ। ਇਹਦੀਆਂ ਪਹਿਲਾਂ ਤਾਂ ਵਧਾਈਆਂ ਦਿੰਦੇ ਹੋਏ ਅੱਗੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ, ਖਬਰਾਂ ਗੱਲਾਂ ਬਾਤਾਂ ਕਰਾਂਗੇ, ਕਿਉਂਕਿ ਮੇਰੀਆਂ ਖਬਰਾਂ ਦਾ ਪਹਿਲਾ ਪਾਰਟ ਜਿਹੜਾ ਹੈ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਹੈ। ਸੋ ਸਾਡੇ ਭਾਰਤੀਆਂ ਲਈ ਇਹ ਵੀ ਬੜੀ ਮਾਣ ਵਾਲੀ ਗੱਲ ਹੈ ਕਿ ਅਸੀਂ ਜਿੱਥੇ ਪਹੁੰਚੇ ਹਾਂ ਉੱਥੇ ਆਪਣੇ ਇਸ਼ਟ ਦੀ, ਆਪਣੇ ਰਹਿਬਰ ਦੀ, ਆਪਣੇ ਧਰਮ ਦੀ ਵੀ ਨਾਲ ਦੀ ਨਾਲ ਆਪਾਂ ਗੱਲ ਕਰਦੇ ਹਾਂ, ਆਪਣੇ ਸੱਭਿਆਚਾਰ ਦੀ ਵੀ ਗੱਲ ਕਰਦੇ ਹਾਂ, ਆਪਣੇ ਕਲਚਰ ਦੀ ਵੀ ਗੱਲ ਕਰਦੇ ਹਾਂ, ਅਤੇ ਨਾਲ ਦੀ ਨਾਲ ਸਾਨੂੰ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ। ਅੱਛਾ, ਭਾਰਤੀ ਸੁਪਰੀਮ ਕੋਰਟ ਦੀ ਜੇ ਗੱਲ ਕਰੀਏ, ਸਭ ਰਾਜਾਂ ਨੂੰ ਕਿਹਾ ਹੈ ਕਿ ਹੇਟ ਸਪੀਚ 'ਤੇ ਬਿਨਾਂ ਸ਼ਿਕਾਇਤ ਕਰੋ FIR ਦਰਜ। ਖਬਰ ਮੈਂ ਪੜ੍ਹ ਰਿਹਾ ਸੀ ਪਹਿਲਾਂ, ਕੁਝ ਕੁ ਸੂਬਿਆਂ ਨੂੰ ਇਹ ਹਦਾਇਤਾਂ ਕੀਤੀਆਂ ਸੀ, ਹੁਣ ਆਲ ਓਵਰ ਪੂਰੇ ਭਾਰਤ ਵਿੱਚ ਹੋ ਗਿਆ, ਕੀ ਕਹਿਣਾ ਚਾਹੋਗੇ? ਸਾਰੇ ਭਾਰਤ ਵਿੱਚ ਹੀ ਚਾਵਲਾ ਸਾਹਿਬ ਹੋ ਗਿਆ ਹੁਣ ਤਾਂ ਇਹ, ਤਕਰੀਬਨ ਹਰ ਇੱਕ ਸੂਬੇ ਨੂੰ ਹਦਾਇਤ ਕਰ ਦਿੱਤੀ ਗਈ ਹੈ, ਨੋਟੀਫਿਕੇਸ਼ਨ ਹੋ ਗਿਆ ਸੁਪਰੀਮ ਕੋਰਟ ਦਾ, ਕਿ ਕਿਸੇ ਵੀ ਸੂਬੇ ਦੇ ਵਿੱਚ ਕੋਈ ਵੀ ਹੇਟ ਸਪੀਚ ਕਰਦਾ, ਕੋਈ ਵੀ ਜਿਹੜਾ ਕਿ ਇਹੋ ਜਿਹੀ ਗਲਤ ਬਿਆਨਬਾਜ਼ੀ ਕਰਦਾ ਜਿਹੜੀ ਕਿ ਨਫ਼ਰਤ ਫੈਲਾਉਣ ਵਾਲੀ ਹੋਵੇ ਦੇਸ਼ ਵਿੱਚ, ਉਸ ਦੇ ਖਿਲਾਫ਼ ਤੁਸੀਂ ਸ਼ਿਕਾਇਤ ਨਾ ਉਡੀਕੋ, ਕੋਈ ਸ਼ਿਕਾਇਤ ਦੇਵੇਗਾ ਪੁਲਿਸ ਨੂੰ ਕਹਿਤਾ ਕਿ ਤੁਸੀਂ, ਪੁਲਿਸ ਦਾ ਆਪਣੇ ਆਪ ਫਰਜ਼ ਬਣਦਾ ਕਿ ਉਸਦੇ ਉਸ ਮਾਮਲੇ ਦੇ ਉੱਪਰ ਸ਼ਿਕਾਇਤ ਦਰਜ ਕਰ ਲਵੇ, ਨਾ ਕਿ ਉਹ ਉਡੀਕੇ ਕਿ ਕੋਈ ਸ਼ਿਕਾਇਤ ਆਵੇਗੀ ਤਾਂ FIR ਦਰਜ ਹੋਏਗੀ, ਕਿਉਂਕਿ ਹੇਟ ਸਪੀਚ ਵਾਲਾ ਬੰਦਾ ਦੇਸ਼ ਦਾ ਪੱਖ ਵਿੱਚ ਨਹੀਂ ਹੋ ਸਕਦਾ ਭਾਵੇਂ ਉਹ ਕਿਸੇ ਪਾਰਟੀ ਦਾ ਹੋਵੇ। ਤੇ ਮੰਨ ਲਓ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਇਹ ਆਰਡਰ ਜਿਹੜੇ ਹੁਕਮ ਹੈਗੇ ਆ, ਸਾਰੇ ਰਾਜਾਂ ਨੂੰ ਮੰਨਣਾ ਚਾਹੀਦਾ, ਚੱਲ ਸਰ ਹਰ ਇੱਕ ਰਾਜ ਮੰਨੇ ਤਾਂ ਹੀ ਇਹ ਹੇਟ ਸਪੀਚ ਬੰਦ ਹੋ ਸਕਦੀ ਹੈ। ਇੱਥੇ ਤਾਂ ਮਿੰਟੋ ਮਿੰਟੀ ਹੇਟ ਸਪੀਚ ਆਉਂਦੀ ਹੈ ਭਾਰਤ ਵਿੱਚ, ਤਾਂ ਅੱਜ ਕੱਲ੍ਹ ਬਹੁਤ ਹੇਟ ਸਪੀਚ ਆ, ਨਫ਼ਰਤੀ ਭਾਸ਼ਣ ਦਾ ਤਾਂ ਇੱਥੇ ਬਿਲਕੁਲ ਬੋਲਬਾਲਾ ਚਾਵਲਾ ਸਾਹਿਬ 'ਚ। ਕਾਸ਼ ਉਹਦੀਆਂ ਆਡੀਓ ਵੀਡੀਓ ਪ੍ਰਮਾਣ ਸੁਪਰੀਮ ਕੋਰਟ ਤੱਕ ਪਹੁੰਚਣ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਹੇਟ ਸਪੀਚ ਦੀ ਗੱਲ ਕਰੀਏ ਤਾਂ ਫਿਰ ਜੇ ਅਸੀਂ ਉਹ ਹੇਟ ਸਪੀਚ ਇੱਥੇ ਲਾਉਣੇ ਸ਼ੁਰੂ ਕਰਤੀਆਂ ਤਾਂ ਫਿਰ ਸਾਡੀਆਂ ਗੱਲਾਂ 'ਤੇ ਤਾਂ ਪਹਿਲਾਂ ਹੀ ਚਮੂਣੇ ਬੜੇ ਲੜਦੇ ਨੇ, ਅਤੇ ਫਿਰ ਉਹ ਲੜਨ ਲੱਗ ਪੈਣੇ। ਕਰਨਾਟਕ ਦੇ ਭਾਜਪਾ ਵਿਧਾਇਕ ਵਾਸਨ ਗੌੜਾ ਨੇ ਮੇਰੇ ਖਿਆਲ 'ਚ ਮੋੜਵਾਂ ਅਟੈਕ ਕੀਤਾ ਹੈ। ਕੱਲ੍ਹ ਕਾਂਗਰਸ ਦੇ ਪ੍ਰਧਾਨ ਦਾ ਜਿਹੜਾ ਬਿਆਨ ਸੀਗਾ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹਨਾਂ ਦੇ ਜ਼ਹਿਰੀਲਾ ਸੱਪ ਕਿਹਾ ਸੀ ਖਰੇ ਉਹਨਾਂ ਨੇ, ਸੋਨੀਆ ਗਾਂਧੀ ਨੂੰ ਵਿਸ਼ ਕੰਨਿਆ, ਚੀਨ ਅਤੇ ਪਾਕਿਸਤਾਨ ਦੀ ਏਜੰਡ ਦੱਸਿਆ, ਪਰੰਤੂ ਉਸ ਤੋਂ ਪਹਿਲਾਂ ਆਪਾਂ ਕਾਲ ਇੱਕ ਲੈ ਲਈਏ। ਵੈਲਕਮ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ। ਅਕੀਦਾ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਕੱਲ ਨੂੰ ਸ਼ਾਇਦ ਛੁੱਟੀ ਆ ਜੀ, ਮੇਰੇ ਤੇ ਨਹੀਂ ਸੁਣ ਹੋਣਾ ਪ੍ਰੋਗਰਾਮ ਜੀ। ਆਪਣੀ ਵੀ ਛੁੱਟੀ ਆ, ਕੋਈ ਨੀ, 26 ਸਾਲ ਤੁਹਾਡੇ ਪੂਰੇ ਹੋਣ ਤੇ ਜੀ ਬਹੁਤ ਬਹੁਤ ਵਧਾਈਆਂ ਜੀ। ਥੈਂਕ ਯੂ, ਜਿੰਦੇ ਰਹੋ ਵੀਰੇ। ਕੀ ਨਾਮ? ਮੇਰਾ ਨਾਮ ਦਲਜੀਤ ਹੈ ਜੀ। ਬਹੁਤ ਬਹੁਤ ਸ਼ੁਕਰੀਆ। ਸਵਾਲ ਵੀ ਹੈ ਕੋਈ? ਨਹੀਂ, ਸਵਾਲ ਕੋਈ ਸਵਾਲ ਸੀਗਾ ਜੀ, ਚਲੋ ਕਰ ਲੈਂਦੇ ਜੀ। ਮੈਂ ਕਿਹਾ ਜੀ ਆਪਣੇ ਸਿਕੰਦਰ ਨੂੰ ਵੀ ਕਿਸੇ ਨੇ ਕਮੈਂਟ ਕੀਤਾ ਸੀ ਫੇਸਬੁੱਕ ਤੇ, ਕਹਿੰਦੇ ਆਪਣੇ ਵਾਲੇ ਸਿਕੰਦਰ ਦੇ ਵੀ ਹੱਥ ਬਾਹਰ ਕਰਕੇ ਲਿਜਾਣਾ ਚਾਹੀਦਾ ਸੀਗਾ ਜੀ। ਚਲੋ
सोशल नैटवर्क मीडिया से बड़े बड़े महारथी ते बड़े बड़े ज्ञानी बैठे ने, यह तो जग जा रही है कि असि खाली आए तो खाली हथी जाना नेटवर्क मीडिया वाले ने जग जा रही है कि सिकंदर ने बाहां बाहर कढ़ दित्तियां सीगियां, पर उदों बाद ये सानू पता ही है कि साडे तन दे कपड़े भी जिहड़े ने उह परिवार वाले नहीं रखदे, सानू तां उहनां तों वी डर लगन लग पैंदा, पर कोई टावा परिवार होगा जिहड़ा रखदा होगा, कोई नहीं, नहीं तां कहिंदे ने इहनूं सुट्टो बाहर, टूमां जिहड़ियां बेबे दियां बापू दा कड़ा नहीं डराउंदा, क्यों बई? बिल्कुल उह नाल रखो अपने। अच्छा, वासन गौड़ा साहब ने जिहड़ा बयान दित्ता, की कहना चाहोगे? ਤਬਲਾ ਸਾਹਿਬ, ਅਸਲ ਵਿੱਚ ਨਾ ਇਹ ਇਹ ਵੀ ਇੱਕ ਹੇਡ ਸਪੀਚ ਆ, ਕੱਲ੍ਹ ਵੀ ਆਪਾਂ ਨਿੰਦਿਆ ਕੀਤੀ ਸੀਗੀ ਮਲਲਿਕਾਰਜਨ ਖੜਗੇ ਦੀ, ਵੀ ਉਹਨੇ ਗਲਤ ਕੀਤਾ ਨਰਿੰਦਰ ਮੋਦੀ ਨੂੰ ਕਿਹਾ ਸਭ ਜ਼ਹਿਰਲਾ ਸੱਪ, ਅਤੇ ਅੱਜ ਵੀ ਜਿਹੜੀ ਇਹ ਗੱਲ ਵਸਨ ਗੌੜਾ ਕਹਿ ਰਿਹਾ ਕਿ ਉਹ ਵਿਸਕੰਨਿਆ ਹੈਗੀ ਆ ਸੋਨੀਆ ਗਾਂਧੀ, ਮਤਲਬ ਕਿਸੇ ਬਜ਼ੁਰਗ ਔਰਤ ਨੂੰ ਇੱਦਾਂ ਦੇ ਅਲਫਾਜ਼ ਵਰਤ ਕੇ ਇੱਦਾਂ ਦੀ ਗੱਲ ਕਰਨੀ ਤਾਂ ਬਹੁਤ ਮਾੜੀ ਗੱਲ। ਦੂਜੀ ਗੱਲ ਕਹਿਤੀ ਆ ਪਾਕਿਸਤਾਨ ਦੀ ਐਂਟਰੀ ਕਰਤੀ ਉਹਨਾਂ ਨੇ ਕਰਨਾਟਕ ਦੇ ਵਿੱਚ, ਆਖੇ ਸੋਨੀਆ ਗਾਂਧੀ ਪਾਕਿਸਤਾਨ ਅਤੇ ਚੀਨ ਦੀ ਏਜੰਟ ਹੈਗੀ ਆ, ਜਿਹੜੀ ਗੱਲ ਮਤਲਬ ਕਿਤੇ ਕਿਤੇ ਲੱਗਦੀ ਵੀ ਨਹੀਂ ਹੈਗੀ ਨਾ, ਉਹ ਗੱਲ ਕਹਿ ਦਿੰਦੇ ਆ, ਪਤਾ ਨਹੀਂ ਮਤਲਬ ਕਿ ਲੱਗਦਾ ਵੀ ਇਹ ਗੱਲ ਜਿਹੜੀ ਕਿਤੇ ਸੋਚ ਵੀ ਨਹੀਂ ਸਕਦੇ ਤੁਸੀਂ, ਉਹ ਗੱਲ ਸਾਹਮਣੇ ਆ ਜਾਂਦੀ ਹੈ। ਚਾਵਲਾ ਸਾਹਿਬ, ਚੋ ਚਲੋ ਐਨੀਥਿੰਗ, ਬਸੰਤ ਕੌੜਾ ਦਾ ਆਪਣਾ ਹੈ, ਪਰ ਕਾਂਗਰਸ ਨੇ ਇਹ ਗੱਲ ਆਖੀ ਆ ਕਿ ਇਹਨਾਂ ਦਾ ਦਿਮਾਗੀ ਤਵਾਜਨ ਖਰਾਬ ਹੋ ਗਿਆ, ਕਾਂਗਰਸ ਇਹ ਗੱਲ ਆਖੀ ਆ। ਖੈਰ ਕਾਂਗਰਸ ਨੂੰ ਕੱਲ੍ਹ ਵੀ ਆਖਣੀ ਚਾਹੀਦੀ ਸੀ ਗੱਲ ਇਹ ਮਲਲਿਕਾਰਜਨ ਖੜਗੇ ਦੇ ਸੰਬੰਧ ਵਿੱਚ, ਅੱਜ ਵਿਸ਼ਕੰਨਿਆ ਦਾ ਸੁਣਨਾ ਪਿਆ, ਤੇ ਅੱਜ ਫਿਰ ਜਦੋਂ ਤੁਹਾਡੇ ਏਦਾਂ ਉਂਗਲ ਕਰੀਏ ਜਿਹੜੀਆਂ ਦੋ ਚਾਰ ਮੁੜਦੀਆਂ ਨੇ ਵਾਪਸ, ਹੁਣ ਇਹਨਾਂ ਨੂੰ ਚੰਗੀਆਂ ਨਹੀਂ ਲੱਗ ਰਹੀਆਂ ਵਿਸ਼ਕੰਨਿਆ ਬਾਰੇ, ਕਿਉਂਕਿ ਸੋਨੀਆ ਗਾਂਧੀ ਤੇ ਅਟੈਕ ਹੋਇਆ ਨਾ ਹੁਣ ਸਿੱਧਾ। ਚਲੋ ਅਗਲੀ ਕਾਲ ਲੈ ਲਓ। ਵੈਲਕਮ ਜੀ। ਹਾਂਜੀ ਬਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਪ੍ਰੀਤ ਬਾਈ? ਠੀਕ ਹੈ ਜੀ। ਪਹਿਲਾਂ ਤਾਂ ਕੱਲ ਦੇ ਪ੍ਰੋਗਰਾਮ ਜਿਹੜੇ ਆਪਣਾ ਜਨਮ ਦਿਨ ਐਕਟਰਾਂ ਦਾ ਰੇਡੀਓ ਦਾ, ਮਿਹਰਬਾਨੀ, ਮੁਬਾਰਕਾਂ ਜੀ ਪਹਿਲਾਂ ਤੁਹਾਨੂੰ, ਧੰਨਵਾਦ ਸਾਰੇ ਪਰਿਵਾਰ ਵੱਲੋਂ। ਤੇ ਦੂਸਰਾ ਇਹ ਹੈ ਜੀ, ਜਿਵੇਂ ਅਸੀਂ ਹੁਣ ਕਵਰ ਕਰ ਰਹੇ ਸੀਗੇ ਵੀ ਆਹ ਭੜਕਾਊ ਬਿਆਨ ਦੇਣੇ, ਕੋਰਟ ਨੇ ਕਿਹਾ ਵੀ ਉਹਨਾਂ ਉੱਤੇ ਪੁਲਿਸ ਬਿਨਾਂ ਕਹੇ ਤੋਂ FIR ਦਰਜ ਕਰ ਸਕਦੀ ਹੈ, ਪਰ ਨਾਲ ਇਹ ਹੈ ਵੀ ਜਿੰਨੀ ਪੁਲਿਸ ਆ, ਡਜ਼ ਨਾਟ ਮੈਟਰ DC ਤੱਕ ਦੇ SSP ਹੈ, ਭਾਵੇਂ ਕਿਸੇ ਮਰਜ਼ੀ ਸਟੇਟ ਦਾ ਹੋਵੇ, ਉਹ ਤਾਂ ਲੀਡਰਾਂ ਦੀ ਜੁੱਤੀ ਵੀ ਥੱਲੇ ਹੋ ਕੇ ਚੱਲਦੇ ਆ ਜੀ, ਉਹ ਕਿਵੇਂ ਕਰਨਗੇ? ਤੇ ਲੀਡਰ ਹੀ ਬਿਆਨ ਦਿੰਦੇ ਆ ਨਾ, ਜਿਹੜਾ ਮੋਸਟਲੀ ਤਕਰੀਬਨ ਆਹ 10-15 ਸਾਲਾਂ ਦੇ ਉੱਤੇ ਆਲ ਆਫ ਇੰਡੀਆ ਦੇ ਵਿੱਚ ਜਦੋਂ ਵੋਟਾਂ ਆਉਂਦੀਆਂ ਧਰਮ ਦੇ ਨਾਂ ਤੇ ਉੱਥੇ ਵੋਟਾਂ ਲਈਆਂ ਜਾਂਦੀਆਂ ਜੀ, ਜਦੋਂ ਉਹ ਧਰਮ ਦੇ ਨਾਂ ਦੇ ਉੱਤੇ ਵੋਟਾਂ ਲੈਂਦੇ, ਭੜਕਾਊ ਜਿਹੜੇ ਬਿਆਨ ਹੁੰਦੇ ਆ ਉਹ ਆਪਾਂ ਨੂੰ ਪਤਾ ਹੀ, ਆਪਾਂ ਨੂੰ ਸੁਣਨ ਯੋਗ ਨਹੀਂ ਹੁੰਦੇ ਹਨਾ, ਤੇ ਪਰ ਰੌਲਾ ਇਹ ਚੀਜ਼ ਦਾ, ਕੋਰਟ ਦਾ ਫੈਸਲਾ ਬਹੁਤ ਵਧੀਆ, ਕੋਰਟ ਦੇ ਫੈਸਲੇ ਪਹਿਲਾਂ ਵੀ ਚੰਗੇ ਹੁੰਦੇ ਆ, ਰੌਲਾ ਉੱਥੇ ਕੀ ਪੈ ਜਾਂਦਾ ਵੀ ਜੱਜ ਦੇ ਸਾਹਮਣੇ ਜਾਂ ਕੋਈ ਗਵਾਹ ਜਾਂ ਸੋਲਿਡ ਪ੍ਰੂਫ ਨਹੀਂ ਪਹੁੰਚਦਾ, ਜੱਜ ਫਿਰ ਉੱਥੇ ਉਹਦੇ ਅੱਖੋਂ ਆਪਦਾ ਫੈਸਲਾ ਨਹੀਂ ਦੇ ਸਕਦਾ। ਤੇ ਹੁਣ ਫਰਜ਼ ਕਰੋ ਉੱਥੇ ਮੈਂ ਹੀ ਪੁਲਿਸ ਅਫੀਸਰ ਹੀ ਹੋਵਾਂ ਜਾਂ ਕਿਸੇ ਅਹੁਦੇ ਤੇ ਹੋਵਾਂ, ਤੇ ਮੇਰੇ ਵਰਗੇ ਇਹਦੀ ਸਿਫਾਰਿਸ਼ ਪਾ ਕੇ ਤਾਂ ਉਹਦੇ ਅੱਖਾਂ ਵਾਂਗੂ ਥਾਣਾ ਜਾਂ ਕੋਈ ਜ਼ਿਲ੍ਹਾ ਲਿਆ ਹੁੰਦਾ ਹੈਗਾ, ਠੀਕ ਹੈ, ਮੰਥਲੀ ਮਹੀਨਾ ਮੇਰਾ ਚੱਲਿਆ ਹੁੰਦਾ, ਉੱਥੇ ਜਦੋਂ ਵੋਟਾਂ ਚੇਂਜ ਹੁੰਦੀਆਂ ਤੇ ਚਾਵਲਾ ਜੀ ਤੁਹਾਡੇ ਤੱਕ ਜਾਂ ਇੱਥੋਂ ਤੱਕ ਲੋਕਾਂ ਤੱਕ ਅਗਲੇ ਰਿਸ਼ਤੇਦਾਰਾਂ ਤੱਕ ਫੋਨ ਆਉਂਦੇ ਆ ਵੀ ਮੈਨੂੰ ਫਲਾਨਾ ਥਾਣਾ ਦਵਾ ਰਹੇ ਹੋ ਤੇ ਜਾਂ ਫਲਾਨੀ ਤਹਿਸੀਲ ਦਵਾ ਰਹੇ ਹੋ ਤੇ ਆਪਾਂ ਮੰਥਲੀ ਦੇ ਰਹਾਂਗੇ ਇਹਨਾਂ ਤੁਹਾਡੇ MLA ਨੂੰ, ਬਿਲਕੁਲ ਕਰਕੇ ਜਿਹੜੀ ਕੀਤਾ ਸਾਹਿਬ ਤੋਂ ਪੁੱਛਣਾ ਚਾਹੁੰਦਾ ਵੀ ਫੈਸਲਾ ਬਹੁਤ ਵਧੀਆ ਪਰ ਇਹਨੂੰ ਲਾਗੂ ਕੌਣ ਕਰੂ? ਹਾਂ, ਦਿੱਲੀ ਦੇ ਗੱਲ ਚ ਟੱਲੀ ਕੌਣ ਪਾਊ? ਬਸ ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਨਹੀਂ, ਚਾਵਲਾ ਸਾਹਿਬ, ਅਸਲ 'ਚ ਨਾ ਬ੍ਰਿਜ ਭੂਸ਼ਣ ਸਰਨ ਸਿੰਘ ਵਰਗਾ ਤਾਂ ਤਾਕਤਵਰ ਬੰਦਾ ਕੋਈ ਹੋ ਨਹੀਂ ਸਕਦਾ, ਮਤਲਬ ਕਿ 6 ਵਾਰ ਦਾ MP ਹੈ ਬੰਦਾ ਉਹ, ਤੇ ਅਮੀਰ ਬਹੁਤ ਹੈ ਤੇ ਬਾਹੂਬਲੀ ਹੈ, ਤੇ ਉਹਦੇ ਖਿਲਾਫ 38 ਕੇਸ ਦਰਜ ਨੇ, 38 ਕੇਸ ਪਹਿਲਾਂ ਦਰਜ ਨੇ, ਤੇ ਬੜਾ ਜ਼ੋਰ ਲਾਇਆ ਭਾਜਪਾ ਦਾ, ਖਾਸ ਉਹਦਾ ਖਾਸ ਚਹਿਤਾ ਹੈ ਨਰਿੰਦਰ ਮੋਦੀ ਦਾ, ਬੜਾ ਜ਼ੋਰ ਲਾਇਆ ਉਹਨੇ ਨਰਿੰਦਰ ਮੋਦੀ ਨੇ ਕਿ ਬਚਾ ਲਈਏ ਭਾਰਤ ਭੂਸ਼ਣ ਸਰਨ ਸਿੰਘ ਨੂੰ, ਪਰ ਨਹੀਂ ਬਚਾ ਸਕੇ ਨਾ, 2 FIR ਹੋ ਗਈਆਂ ਨਾ, ਇੱਥੇ ਵੀ ਸੋਸ਼ਲ ਨੈਟਵਰਕ ਮੀਡੀਆ ਨਾ ਇਹ ਉਹਦੀ ਬਦੌਲਤ ਆ, ਨਹੀਂ ਤੇ ਜਿਹੜਾ ਉੱਥੋਂ ਜਿਹਦੇ ਗੱਲ 'ਚ ਹੱਡੀ ਫਸੀ ਹੋਈ ਹੈ ਨਾ ਮੀਡੀਆ ਦੇ, ਉਹਨੇ ਪੋਚਾ ਪਾ ਦੇਣਾ ਸੀ, ਜੇ ਚੰਦ ਚੋਣਵੀਆਂ ਅਖਬਾਰਾਂ ਹੁੰਦੀਆਂ
ਚੰਦ ਚੋਣਵੀ ਟੈਲੀਵਿਜ਼ਨ ਹੁੰਦੇ ਆ, ਸੋਸ਼ਲ ਨੈਟਵਰਕ ਨਾ ਮੀਡੀਆ ਦਾ, ਅਤੇ ਫਿਰ ਹੱਡੀਆਂ ਪੈ ਗਈਆਂ ਸੀ, ਫਿਰ ਇਹ ਕੰਮ ਹੋ ਗਿਆ ਸੀ। ਪਹਿਲਾਂ ਇਹੀ ਕੰਮ ਹੋਇਆ ਨਾ, ਆਹ ਹੁਣ ਸੋਸ਼ਲ ਨੈਟਵਰਕ ਮੀਡੀਆ ਅਗਲੇ ਨੇ ਉੱਥੇ ਹੀ ਭਲਵਾਨੀਗਿਰੀ ਸ਼ੁਰੂ ਕਰ ਦਿੱਤੀ, ਅਤੇ ਵਰਲਡ ਵਾਈਡ, ਕਿਉਂਕਿ ਓਲੰਪਿਕ ਦੇ ਵਿੱਚੋਂ ਅਵਾਰਡ ਵਿਨਰ ਨੇ ਉਹ, ਛੋਟੇ ਜਿਹੇ ਖਿਡਾਰੀ ਨਹੀਂ ਗੇ। ਕਾਲ ਲੈ ਲਈਏ ਪਹਿਲਾਂ ਇੱਕ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਚਲ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ? ਬੜੇ ਆਮ ਤੇ ਸ਼ਾਨ ਨਾਲ 24 ਸਾਲ ਪੂਰੇ ਕਰਨ ਦੀਆਂ ਆਪ ਨੂੰ ਬਹੁਤ ਬਹੁਤ ਵਧਾਈਆਂ। ਮਿਹਰਬਾਨੀ ਜਨਾਬ, ਸੋ ਨਾਈਸ ਆਫ ਯੂ, ਥੈਂਕ ਯੂ। ਤੁਹਾਡੇ ਵਰਗੇ ਸਿਆਸਤਦਾਨਾਂ ਦੀ ਲੋੜ ਹੈ। ਮਿਹਰਬਾਨੀ, ਕੌਣ ਬੋਲ ਰਹੇ ਹੋ? ਮੈਂ ਪ੍ਰਿੰਸੀਪਲ ਸ਼ਰਮਾ ਬੋਲ ਰਿਹਾ। ਪ੍ਰਿੰਸੀਪਲ ਸ਼ਰਮਾ ਸਾਹਿਬ, ਕੀ ਹਾਲ ਚਾਲ? ਅੱਛਾ ਸ਼ਰਮਾ ਸਾਹਿਬ, ਤੁਹਾਨੂੰ ਵਧਾਈਆਂ ਬਹੁਤ ਸਾਰੀਆਂ। ਬਹੁਤ ਬਹੁਤ, ਮੈਂ ਤਾਂ ਬਹੁਤ ਖੁਸ਼ ਹਾਂ ਜਿਸ ਆਨ ਤੇ ਸ਼ਾਨ ਦੇ ਨਾਲ ਤੁਸੀਂ ਆਪਣਾ ਪੇਟ ਆਪਣਾ ਪਾਠ ਅਦਾ ਕਰ ਰਹੇ ਹੋ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਦੇਸ਼ ਨੂੰ ਤੁਹਾਡੇ ਵਰਗੇ ਸਟੇਟਸਮੈਨਾਂ ਦੀ ਲੋੜ ਹੈ, ਪੱਤਰਕਾਰਾਂ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ, ਥੈਂਕ ਯੂ, ਥੈਂਕ ਯੂ ਸ਼ਰਮਾ ਸਾਹਿਬ, ਬਹੁਤ ਬਹੁਤ ਮੁਬਾਰਕ। ਅੱਛਾ, ਤੁਹਾਨੂੰ ਇੱਕ ਹੋਰ ਵਧਾਈਆਂ ਮੁਬਾਰਕਾਂ। ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਦਿਨ ਰਾਤ ਸੇਵਾ ਕੀਤੀ ਆ, ਉੱਥੇ ਅੱਜ ਲੰਗਰ ਹਾਲ ਦਾ ਫਲੋਰ ਜਿਹੜਾ ਸਾਰੇ ਦਾ ਸਾਰਾ ਵਧੀਆ ਕਰ ਦਿੱਤਾ ਗਿਆ ਡਿਕਸੀ ਰੋਡ ਗੁਰਦੁਆਰਾ ਸਾਹਿਬ ਦਾ, ਅਤੇ ਜਿਹੜਾ ਹੈ ਇਸ ਵਕਤ ਸੰਗਤਾਂ ਦੇ ਰੂਬਰੂ ਹੋ ਗਿਆ, ਅਸ਼ ਕਰ ਉੱਠੀਆਂ ਨੇ ਸੰਗਤਾਂ ਉੱਥੇ ਕਿ ਹੁਣ ਪਈ। ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਗੁਰਦੁਆਰੇ ਦੀ ਗੋਲਕ ਦਾ ਪੈਸਾ ਵਕੀਲਾਂ ਦੇ ਮੂੰਹ 'ਚ ਜਾਂਦਾ, ਅਤੇ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਚੰਗੇ ਕੰਮ ਹੁੰਦੇ ਨੇ ਉਹ ਵੀ ਸਾਨੂੰ ਦੱਸਣੇ ਚਾਹੀਦੇ ਨੇ, ਇਹੀ ਸਾਡਾ ਜਿਹੜਾ ਫਰਜ਼ ਬਣਦਾ। ਅੱਛਾ ਜੀ, ਇਹ ਤਾਂ ਕੁਝ ਕਾਲ ਸੀ, ਜਿੱਧਰ ਫਲੈਸ਼ ਹੋ ਰਹੀਆਂ ਸਨ ਕਾਲ, ਉਹ ਵੀ ਦੁਬਾਰਾ ਕਾਲ ਕਰ ਸਕਦੇ ਨੇ, ਨੋ ਪ੍ਰੋਬਲਮ। ਅਸੀਂ ਗੱਲ ਕਰ ਰਹੇ ਸਾਂ ਕਰਨਾਟਕਾ ਦੇ ਭਾਜਪਾ ਵਿਧਾਇਕ ਵਾਸਨ ਗੌੜਾ ਦੀ। ਅਗਲਾ ਸਵਾਲ ਤੁਹਾਡਾ ਵੀ ਦੋਸਤੋ, ਕੋਈ ਵੀ ਹੋਵੇ ਤੇ ਤੁਸੀਂ ਕਾਲ ਕਰ ਸਕਦੇ ਹੋ। ਲਓ ਅਗਲੀ ਕਾਲ ਲੈ ਲੈਣੇ। ਵੈਲਕਮ ਜੀ, ਸਵਾਗਤ ਹੈ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਕਿਹਾ ਮੁਬਾਰਕਾਂ ਬਹੁਤ ਤੁਹਾਨੂੰ। ਤੁਹਾਨੂੰ ਜੀ, ਮਿਸੀ ਗੋਸਲ, ਬਹੁਤ ਬਹੁਤ ਸ਼ੁਕਰੀਆ। ਚਾਹ ਦੀ ਕਲਾ ਚ ਰੱਖੇ ਜੋ, ਜਿੱਦਾਂ ਤੁਸੀਂ ਨਟਾਰਕ ਦਿੰਦੇ ਭਾਸ਼ਣ ਕਰਦੇ ਜੋ ਵੀ ਗੱਲ ਕਰਦੇ ਰਹੋ, ਚਾਹ ਦੀ ਕਲਾ ਚ ਰਹੋ, ਉਮਰ ਅਲਮੀ ਕਰੇ ਕਸਰਾ ਤੁਹਾਡਾ ਪ੍ਰੋਗਰਾਮ ਚਾਹ ਦੀ ਕਲਾ ਚ ਰਹੇ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਅੱਛਾ, ਅਗਲੀ ਜਿਹੜੀ ਖਬਰ ਹੈ, ਹੋ ਸਕਦਾ ਕਿ ਇਹ ਅਟਪਟੀ ਜੀ ਹੋਵੇ, ਪਰ ਇਨਫੋਰਮੇਸ਼ਨ 'ਚ ਵਾਧਾ ਕਰਨ ਵਾਲੀ ਹੈ ਕਿ ਬਿੰਦਰਾ ਬਨ ਵਿੱਚ ਸਖੀ ਸੰਪਰਦਾਇ ਪੰਥ ਅਜੀਬ ਕਹਾਣੀਆਂ ਦੀ, ਉਂਝ ਮਰਦ ਪਰ ਕਿਸ਼ਨ ਦੀਆਂ ਸਖੀਆਂ ਬਣ ਕੇ ਜੀਵਨ ਗੁਜ਼ਾਰਦੇ ਹਨ ਔਰਤਾਂ ਵਾਂਗ। ਇੱਕ ਰਿਪੋਰਟ ਛਪੀ ਹੈ, ਕੀ ਕਹਿਣਾ ਚਾਹੋਗੇ? ਇਹ ਸ਼ਰਧਾ ਹੀ ਆ ਜੀ। ਬਿੰਦਰਾ ਬਨ ਵਿੱਚ ਮਨੀਸ਼ਾ ਭੱਲਾ ਜਾਂਦੀ ਆ, ਜਾ ਕੇ ਉਸਨੂੰ ਜਿਹੜਾ ਕਿ ਜਦੋਂ ਜਾਂਦੀ ਆ ਟੈਂਪੂ ਦੇ ਵਿੱਚ ਬਹਿੰਦੀ ਆ, ਤਾਂ ਟੈਂਪੂ ਵਾਲਾ ਕਹਿੰਦਾ ਬੈਠੋ ਰਾਧਾ ਰਾਣੀ। ਉਹਨੇ ਕਿਹਾ ਵੀ ਸ਼ਾਇਦ ਇਹ ਕੋਈ ਜਿਹੜੀ ਹੈਗੀ ਆ ਕੋਈ ਵੈਸੇ ਗੱਲ ਕਹਿ ਰਿਹਾ ਕਿਸੇ ਹੋਰ ਨੂੰ ਕਹਿ ਰਿਹਾ। ਜਦੋਂ ਅੱਗੇ ਜਿਹਾ ਖੜ ਜਾਂਦੀ ਆ, ਫਿਰ ਉਹ ਕਹਿੰਦੀ ਆ ਰਾਧਾ ਰਾਣੀ ਤੁਸੀਂ ਖਾਣਾ ਖੁਣਾ ਖਾ ਲਿਓ, ਅਤੇ ਉਹ ਰਾਧਾ ਰਾਣੀ ਬੜੀ ਸੁਣਦੀ ਆ ਆਪਣੇ ਆਪ ਨੂੰ, ਪਰ ਪੁੱਛਦੀ ਆ ਕਿਸੇ ਨੂੰ ਵੀ ਰਾਧਾ ਰਾਣੀ ਦਾ ਮਤਲਬ ਕੀ ਹੈ। ਉਹ ਕਹਿੰਦੀ ਜੀ ਇੱਥੇ ਨਾ ਸਾਰੇ ਹੀ ਰਾਧਾ ਹੈਗੀਆਂ ਨੇ ਬਿੰਦਰਾਬਨ ਦੇ ਵਿੱਚ ਸਾਰੀਆਂ, ਅਤੇ ਸਾਰੇ ਰਾਧਾ ਹੀ ਕਹਿੰਦੇ ਆ, ਇੱਥੇ ਪਤੀ ਤਾਂ ਇੱਕੋ ਹੀ ਆ, ਭਗਵਾਨ ਤਾਂ ਇੱਕੋ ਹੀ ਆ, ਉਹ ਕ੍ਰਿਸ਼ਨ। ਤੇ ਫਿਰ ਉਹ ਦੇਖਦੀ ਆ ਕਿ ਬਹੁਤ ਸਾਰੀ ਬੰਦੇ ਨਾ ਜਿਹਨਾਂ ਕਿ ਜਿੱਤਾਂ ਕੇ ਲੱਗਦਾ ਨਾ ਕਿ ਉਹ ਕਿੰਨਰ ਹੁੰਦੇ ਆ, ਪਰ ਕਿੰਨਰ ਨਹੀਂ ਹੈਗੇ ਸੀਗੇ। ਉਹ ਇੱਦਾਂ ਫਿਰਦੇ ਆ, ਸੁਰਖੀ ਮੂੰਹ ਤੇ ਲੱਗੀ ਹੋਈ, ਤੇ ਚੂੜੀਆਂ ਹੱਥਾਂ ਵਿੱਚ ਪਈਆਂ ਹੋਈਆਂ, ਮੱਥੇ ਵਿੱਚ ਜਿਹੜਾ ਮਾਂਗ ਹੈਗੀ ਆ ਸੰਧੂਰ ਪਾਇਆ ਹੋਇਆ ਉਹਦੇ ਵਿੱਚ, ਤੇ ਟਿੱਕਾ ਮੱਥੇ ਤੇ ਲੱਗਿਆ ਹੋਇਆ, ਤੇ ਪੂਰੀ ਸਾੜੀ ਪੂਰੀ ਲੱਗੀ ਹੋਈ ਆ, ਨਹੀਂ ਤਾਂ ਜਿਹੜਾ ਪੂਰਾ ਪਹਿਰਾਵਾ ਔਰਤਾਂ ਵਾਲਾ ਲੈ ਕੇ ਉਹ ਫਿਰਦੀਆਂ ਨੇ। ਫਿਰ ਰਿਪੋਰਟ ਕਰਦੀ ਆ ਵੀ ਇਹ ਅਸਲ 'ਚ ਕੀ ਚੀਜ਼ ਆ। ਉਹਨੇ ਕਿਹਾ ਵੀ ਇਹ ਅਸਲ 'ਚ ਨਾ ਇੱਥੇ ਸ਼ਿਵਜੀ ਵੀ ਆਏ ਸੀ ਨਾ ਜੀ, ਕਹਿੰਦੇ ਨਾ ਸ਼ਿਵਜੀ ਦੀ ਗੱਲ ਕਰਦੇ ਨੇ, ਇੱਕ ਦੇਵਤਾ ਆਏ ਸੀ ਉਰੇ, ਮੈਂ ਸ਼ਿਵਜੀ ਸਾਹਿਬ ਗਲਤ ਕਹਿ ਗਿਆ, ਅਤੇ ਉਹ ਦੇਵਤਾ ਆਏ ਸੀ ਉਰੇ, ਉਹ ਵੀ ਇੱਥੇ ਸਖੀ ਬਣ ਕੇ ਰਹੇ ਸੀ, ਕ੍ਰਿਸ਼ਨ ਮਹਾਰਾਜ ਦੀ ਸਖੀ ਬਣ ਕੇ ਰਹੇ। ਇਸ ਕਰਕੇ ਇੱਥੇ ਨਾ ਹਰ ਇੱਕ ਜਿਹੜਾ ਰਹਿੰਦਾ ਬੰਦਾ ਉਰੇ ਸਖੀ ਬਣ ਕੇ ਜਿਉਂਦੇ ਆ। ਇੱਕ ਟੀਚਰ ਹੈਗਾ, ਅਧਿਆਪਕ ਹੈਗਾ, ਉਹ ਸਕੂਲ ਪੜ੍ਹਾਉਣ ਜਾਂਦਾ ਪਰ ਸਖੀ ਬਣ ਕੇ ਜਾਂਦਾ, ਉਹਦੇ ਸੁਰਖੀ ਲੱਗੀ ਹੁੰਦੀ ਆ। ਇੱਕ ਪੁਲਿਸ ਇੰਸਪੈਕਟਰ ਹੈਗਾ, ਉਹ ਸਖੀ ਬਣਿਆ ਹੋਇਆ ਤੇ ਪਰ ਉਹ ਸੁਰਖੀ ਪਾਊਡਰ ਲਾ ਕੇ ਵਰਦੀ ਪਾ ਕੇ ਪੁਲਿਸ ਦੀ ਪੂਰੀ ਟਿੱਕਾ ਟੁੱਕਾ ਲਾ ਕੇ ਮੱਥੇ ਦੇ ਵਿੱਚ ਪੂਰਾ ਜਾਂਦਾ ਹੈ। ਉਸੇ ਤਰ੍ਹਾਂ ਹੀ ਚੱਲਦੇ ਆ, ਚਾਲ ਢਾਲ ਵੀ ਔਰਤਾਂ ਵਰਗੀ ਆ, ਤੁਰਨਾ ਵੀ ਔਰਤਾਂ ਵਾਂਗ, ਗੱਲਬਾਤ ਵੀ ਔਰਤਾਂ ਵਾਂਗ ਕਰਨੀ ਆ, ਸਾਰਾ ਕੁਝ ਔਰਤਾਂ ਵਾਂਗ ਕਰਨਾ। ਇਹ ਸਖੀ ਸੰਪਰਦਾਇ ਪੰਥ ਇੱਕ ਹੋਂਦ ਵਿੱਚ ਆ ਗਿਆ। ਹਿੰਦੂ ਧਰਮ ਦਾ ਹਿੱਸਾ ਇੱਕ ਹੈ, ਮਤਲਬ ਹਿੰਦੂ ਧਰਮ ਦਾ ਵੱਖਰਾ ਨਹੀਂ ਹੈਗਾ ਕਿ ਹਿੰਦੂ ਧਰਮ ਦਾ ਕ੍ਰਿਸ਼ਨ ਜਿਹੜਾ ਹੈਗਾ ਦੇਵਤਾ ਹੈਗਾ ਅਤੇ ਉਹਨੂੰ ਰੱਬ ਮੰਨਦੇ ਆ,
ਤੇ ਇਸੇ ਕਰਕੇ ਉਹ ਉਸੇ ਨੂੰ ਭਗਵਾਨ ਦੇ ਤੌਰ ਤੇ ਪਤੀ ਦੇ ਤੌਰ ਤੇ ਉਹ ਸਾਰੀਆਂ ਹੀ ਉੱਥੇ ਮਰਦ ਤੇ ਔਰਤਾਂ ਤਾਂ ਹੈਗੀਆਂ ਔਰਤਾਂ ਨੇ ਤੇ ਸਾਰੇ ਮਰਦ ਕੱਪੜੇ ਪਾ ਕੇ ਇਹ ਉਹਨਾਂ ਦੀ ਆਸਥਾ ਹੈ ਬਿਲਕੁਲ ਆਸਥਾ ਉਹਨਾਂ ਦੀ ਮਨੀਸ਼ ਭੱਲਾ ਦੀ ਰਿਪੋਰਟ ਪਿਆਰ ਆ ਮੁਹੱਬਤ ਜੀ ਚਲੋ ਅਗਲੀ ਕਾਲ ਲੈਂਦੇ ਹਾਂ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਤੁਹਾਡਾ ਪ੍ਰੋਗਰਾਮ 97 ਤੋਂ ਸੁਣਦਾ ਹੈਗਾ ਔਰ ਤੁਸੀਂ ਆਪਣਾ ਕੰਮ ਬਹੁਤ ਹੀ ਅੱਛੀ ਤਰ੍ਹਾਂ ਕੀਤਾ ਹੈਗਾ ਅੱਛੀ ਤਰ੍ਹਾਂ ਨਿਭਾਉਂਦੇ ਹੈਗੇ ਇਹਦੇ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਔਰ ਥੈਂਕ ਯੂ ਵੈਰੀ ਮਚ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਚੱਲੇ ਇਹੀ ਮੈਂ ਆਸ਼ੀਰਵਾਦ ਦਿੰਦਾ ਤੁਹਾਨੂੰ ਸਰ ਥੈਂਕ ਯੂ ਵੈਰੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਨੈਕਸਟ ਕਾਲ ਪਲੀਜ਼ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਮੇਰਾ ਨਾ ਜਿਵੇਂ ਚਲੋ ਵਧਾਈਆਂ ਤੁਹਾਨੂੰ ਪਹਿਲਾਂ ਤਾਂ ਵੀ ਜਿਹੜਾ ਤੁਹਾਡਾ ਤਜਰਬਾ ਬਹੁਤ ਲੰਮਾ ਹਨਾ ਜਦੋਂ ਜਿਵੇਂ ਹੁਣ ਕਈ ਕਾਲਰ ਜਾਂ ਚਲੋ ਆਪਾਂ ਕਿਸੇ ਨੂੰ ਕੰਟਰਡਿਕਟ ਨਹੀਂ ਕਰਦੇ ਵੀ ਜਿਵੇਂ ਕਹਿੰਦੇ ਆ ਵੀ ਉਹਦੇ ਹੱਥ ਬਾਹਰ ਕੱਢਨੇ ਸੀ ਏਦਾਂ ਸੀ ਹਨਾ ਕੋਈ ਵੀ ਹੈ ਨਾ ਉਹ ਪਤਾ ਹੀ ਹੈ ਕਿ ਇੰਡਰੈਕਟਲੀ ਕਿਹਨੂੰ ਕਹਿੰਦੇ ਆ ਨਾ ਤੇ ਪਹਿਲੀ ਵਾਰੀ ਤਾਂ ਜਿਵੇਂ ਉਹਨਾਂ ਨੂੰ ਜਿਹੜੇ ਜਿਵੇਂ ਕਹਿ ਲਓ ਰਾਜੇ ਬਣਾਇਆ ਉਹ ਆਪਣੇ ਹੀ ਜਿਵੇਂ ਪਿਓ ਦਾਦਿਆਂ ਨੇ ਸਾਰਿਆਂ ਨੇ ਬਣਾਇਆ ਹਨਾ ਕੋਈ ਇਹ ਤਾਂ ਹੈ ਨੀਗਾ ਵੀ ਉਹ ਧੱਕੇ ਨਾਲ ਬਣ ਗਏ ਹਨਾ ਬਿਲਕੁਲ ਤੇ ਦੂਜੀ ਗੱਲ ਆ ਵੀ ਸ਼ਾਇਦ ਮੈਨੂੰ ਜਿੱਥੋਂ ਤੱਕ ਮੈਂ ਬਾਹਲਾ ਗਿਆਨੀ ਨੀਗਾ ਪਰ ਮੈਨੂੰ ਲੱਗਦਾ ਗੁਰਬਾਣੀ ਚ ਵੀ ਸ਼ਾਇਦ ਹੋਵੇ ਜਦੋਂ ਬੰਦਾ ਚੱਲ ਜਾਂਦਾ ਜਹਾਨ ਤੋਂ ਹਨਾ ਉਹਦੀ ਕਿਰਦਾਰ ਖੁਸ਼ੀ ਜਾਂ ਜੋ ਵੀ ਉਹਦਾ ਆਪਣਾ ਆਪਾਂ ਬਾਅਦ ਚ ਫਰੋਲੀ ਜਾਂਦੇ ਹਾਂ ਹਨਾ ਉਹ ਮੇਰੇ ਹਿਸਾਬ ਨਾਲ ਬਹੁਤਾ ਕੋਈ ਚੰਗਾ ਨੀ ਕਿਉਂਕਿ ਪਿਛਲੇ 4-5 ਸਾਲਾਂ ਤੋਂ ਜਿਹੜਾ ਕੁਛ ਉਹਨਾਂ ਨੇ ਦੇਖਿਆ ਉਹਨਾਂ ਨੇ ਆਪ ਹੀ ਦੇਖ ਲਿਆ ਵੀ ਉਹਨਾਂ ਨੇ ਕੀ ਕੀਤਾ ਸੀ ਤੇ ਉਹਨਾਂ ਦੇ ਮੂਹਰੇ ਆ ਗਿਆ ਕੋਈ ਮੈਂ ਬਾਹਲਾ ਪ੍ਰਸ਼ੰਸਕ ਨੀ ਪਰ ਮੇਰਾ ਮੰਨਣਾ ਵੀ ਚਲੋ ਜੋ ਬੀਤ ਗਿਆ ਹਨਾ ਉਹਨੂੰ ਆਪਾਂ ਰੱਬ ਦਾ ਬਣਾ ਲਿਆ ਅਸੀਂ ਵੀਰ ਜੀ ਨਾਲ ਹੀ ਬੈਲੈਂਸ ਕਰ ਦਿੱਤਾ ਸੀ ਤੁਸੀਂ ਸੁਣਿਆ ਅਸੀਂ ਬੈਲੈਂਸ ਕਰ ਦਿੱਤਾ ਹਾਂਜੀ ਆਫ ਦੀ ਈਅਰ ਮੇਰੇ ਵਿਚਾਰ ਕੁਝ ਹੋਰ ਵੀ ਹੋ ਸਕਦੇ ਨੇ ਪਰ ਆਉਣ ਵਾਲੇ ਸਾਡੀ ਕੋਸ਼ਿਸ਼ 100% ਕਿ ਇਸ ਨੂੰ ਅਸੀਂ ਬੈਲੈਂਸ ਕਰਕੇ ਰੱਖੀਏ ਮੈਂ ਸੋਸ਼ਲ ਨੈਟਵਰਕ ਮੀਡੀਆ ਤੇ ਨਾਲ ਹੀ ਕਹਿਤਾ ਸੀ ਕਿ ਮਹਾਰਥੀ ਤੇ ਮਹਾਗਿਆਨੀ ਤੇ ਅਗਿਆਨੀ ਬੈਠੇ ਨੇ ਅਸੀਂ ਇਹਦੀ ਆਗਿਆ ਨਹੀਂ ਦਿੰਦੇ ਬਟ ਇਹ ਇਹ ਜੱਗ ਜਾ ਰਹੀ ਕਹਿ ਦਿੱਤਾ ਇੱਕ ਜੱਗ ਜਾ ਰਿਹਾ ਕਿ ਸਾਰੇ ਖਾਲੀ ਹੱਥੀ ਜਾਂਦੇ ਤੇ ਕੱਪੜੇ ਵੀ ਲਾ ਲੈਂਦੇ ਆ ਹਨਾ ਬਿਲਕੁਲ ਮਿਹਰਬਾਨੀ ਜੀ ਥੈਂਕ ਯੂ ਜੀ ਸੋ ਨਾਈਸ ਸਾਹਿਬ ਥੈਂਕ ਯੂ ਪਰ ਦੂਜੀ ਗੱਲ ਇਹ ਵੀ ਇਹ ਨਾਲ ਗਿੱਦਾ ਸਾਹਿਬ ਕਿ ਆਮ ਬੰਦਾ ਜਦੋਂ ਚੱਲ ਜਾਂਦਾ ਵੈਸੇ ਤਾਂ ਸਾਡਾ ਹੈ ਹੀ ਅਰਦਾਸ ਹੀ ਸਾਡੀ ਵੇਖ ਲਓ ਕਈ ਵਾਰੀ ਅੱਜ ਨਹੀਂ ਕਹਿੰਦੇ ਚਲੋ ਅੱਜ ਇਹ ਸ਼ਬਦ ਚੰਗੇ ਵੀ ਨਹੀਂ ਲੱਗਦੇ ਬੋਲਣੇ ਕਿਉਂਕਿ ਅੱਜ ਉਹਨਾਂ ਦੀਆਂ ਕਿਰਿਆਵਾਂ ਹੋ ਰਹੀਆਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀਆਂ ਜਿਵੇਂ ਵੀਰ ਜੀ ਕਹਿ ਕੇ ਗਏ ਨੇ ਸਾਡਿਆਂ ਵੱਡਿਆਂ ਨੇ ਰਾਜੇ ਬਣਾਤਾ ਉਹਨਾਂ ਨੂੰ ਵੋਟਾਂ ਪਾ ਤੀਆਂ ਜਿਵੇਂ ਅੱਜ ਦੇ ਸਾਲ ਕੁ ਪਹਿਲਾਂ ਹੱਥ ਜੋੜ ਕੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਕਿ ਸਿਕਿਉਰਿਟੀ ਦੀ ਕੀ ਲੋੜ ਆ ਕੋਠੀਆਂ ਕਾਰਾਂ ਦੀ ਕੀ ਲੋੜ ਆ ਜੁੱਤੀ ਵੀ ਨਹੀਂ ਪਾਉਂਦੇ ਸੀ ਜਨਾਬ ਪੈਰੀ ਚੱਪਲਾਂ ਦੀ ਜਾਂਦੇ ਸੀਗੇ ਮਫਲਰ ਵਾਲੇ ਸੀਗੇ ਅੱਜ 45 ਕਰੋੜ ਲੱਗ ਗਿਆ ਉਹਨਾਂ ਦੇ ਅਤੇ ਨਾਲ ਉਹ ਕਹਿੰਦੇ ਜੇ ਵੀ ਸਾਡੇ ਪ੍ਰਧਾਨ ਮੰਤਰੀ ਇਹਨਾਂ ਦੀ ਕੋਠੀ 'ਚ ਰਹਿ ਸਕਦੇ ਇੰਨੀ ਕਾਰ ਲੈ ਸਕਦੇ ਨੇ ਅਤੇ ਅਸੀਂ ਕਿਉਂ ਨਹੀਂ ਲੈ ਸਕਦੇ ਕੋਈ ਤੁਲਨਾ ਪਹਿਲਾਂ ਥੋੜ੍ਹੀ ਕੀਤੀ ਸੀ ਇਹ ਵੀ ਤਾਂ ਸਾਡੇ ਇਹ ਅਸੀਂ ਬਣਾ ਦਿੱਤਾ ਉਹਨਾਂ ਨੂੰ ਇੱਥੋਂ ਪੈਸੇ ਭੇਜ ਕੇ ਵੀ ਖੜੀ ਕਰ ਦਿੱਤੀ ਤੁਸੀਂ ਬਣਾ ਦਿੱਤਾ ਹੁਣ ਤੁਹਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਜਵਾਬ ਮੰਗੂਗੀ ਕਿਹਨੂੰ ਚੁਣ ਦਿੱਤਾ ਪੜ੍ਹੇ ਲਿਖਿਓ ਬਾਹਰਲਿਆਂ ਨੇ ਕੀ ਕਰ ਦਿੱਤਾ ਜੇ ਇਹ ਚੰਗੇ ਕੰਮ ਨਾ ਕਰਨਗੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਥ ਰਤਨ ਫਗਰੇ ਕੌਮ ਪਦਮ ਵਿਭੂਸ਼ਣ ਕਿਸਾਨਾਂ ਦੇ ਮਸੀਹਾ ਸੀਨੀਅਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮੈਂ ਪਹਿਲੀ ਵਾਰੀ ਉਹਨਾਂ ਦੇ ਜਾਣ ਤੋਂ ਨਹੀਂ ਕਹਿ ਰਿਹਾ ਪਹਿਲੀ ਵਾਰੀ ਨਹੀਂ ਕਹਿ ਰਿਹਾ ਹਰ ਵਾਰ ਹੀ ਉਹਨਾਂ ਨੇ ਸੰਬੋਧਨ ਹੋਇਆ ਉਹ ਚਲੇ ਗਏ ਨੇ ਤਾਂ ਵੀ ਸਾਡੇ ਵਾਸਤੇ ਨਿਊਜ਼ ਹੈ ਉਹ ਜਿਉਂਦੇ ਸਨ ਤਾਂ ਵੀ ਸਾਡੇ ਵਾਸਤੇ ਨਿਊਜ਼ ਹੈ ਅਤੇ ਆ ਕੱਲ੍ਹ ਨੂੰ ਵੀ ਸਾਡੇ ਵਾਸਤੇ ਇੱਕ ਨਿਊਜ਼ ਹੋਣੀ ਹੈ ਜਦੋਂ ਕੋਈ ਨਾ ਕੋਈ ਉਹਨਾਂ ਦੇ ਕੀਤੇ ਹੋਏ ਕੰਮਾਂ ਦਾ ਅਸੀਂ ਫਿਰ ਹਵਾਲਾ ਦੇਣਾ ਜਿਵੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੰਦੇ ਹਾਂ ਜਿਵੇਂ ਰਾਜੀਵ ਗਾਂਧੀ ਦਾ ਦਿੰਦੇ ਜਾਂ ਬੜਾ ਪੇੜ ਗਿਰਤਾ ਥਾ ਧਰਤੀ ਹਿਲਤੀ ਸੀ ਜਦੋਂ ਅਣਪਛਾਤੀ ਪੁਲਿਸ ਦੀ ਗੱਲ ਆਉਣੀ ਆ ਤਾਂ ਬਾਬੇ ਬਾਦਲ ਦੇ ਰਾਜ ਦਾ ਜ਼ਿਕਰ ਆਉਣਾ ਹੀ ਆਉਣਾ ਚਾਹੇ ਉਹ ਸਵਾਸ ਲੈਂਦੇ ਨੇ ਚਾਹੇ ਨਹੀਂ ਲੈਂਦੇ ਕਿਉਂਕਿ ਦਾ ਸਾਹਿਬ ਬਿਲਕੁਲ ਚੱਲੋ ਸਰ ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਬਾਕੀ ਅਸੀਂ ਕਾਲਰਸ ਨੂੰ ਬੇਨਤੀ ਜ਼ਰੂਰ ਕਰਾਂਗੇ ਕੋਈ ਵੀ ਇਸ ਤਰ੍ਹਾਂ ਦੀਆਂ ਨਾ ਕਰੋ ਗੱਲਾਂ ਤੁਸੀਂ ਸੋਸ਼ਲ ਨੈਟਵਰਕ ਮੀਡੀਆ ਤੁਹਾਨੂੰ ਦਿੱਤਾ ਉੱਥੇ ਕੱਢ ਲਓ ਗੁੱਬ ਗਲੇੜਾ ਆਪਣਾ ਆਖਰੀ ਕਾਲ ਮੈਂ ਲਵਾਂਗਾ ਉਸ ਤੋਂ ਬਾਅਦ 2-3 ਸਵਾਲ ਨੇ ਆਖਰੀ ਹਾਂਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਭਾਜੀ ਦੋ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੇ ਤੁਹਾਨੂੰ ਵਧਾਈਆਂ ਬਹੁਤ ਬਹੁਤ ਜੀ ਥੈਂਕ ਯੂ ਵੀਰੇ ਓਕੇ ਤੇ ਮੈਂ ਕਹਿਣਾ ਸੀ ਮੈਂ ਅਸਲ ਦੇ ਵਿੱਚ ਬਾਦਲ ਸਾਹਿਬ ਦਾ ਨਾ ਫਿਊਨਰਲ ਸਾਰਾ ਹੀ ਸਾਰੀ ਰਾਤ ਹੀ ਵੇਖਿਆ ਸੀ 6 ਵਜੇ ਸੁੱਤਾ ਸੀ ਹਾਂਜੀ ਤੇ ਮੈਂ ਕੇਦਾਰ ਸਾਹਿਬ ਨੂੰ ਪੁੱਛ ਰਿਹਾ ਸੀ ਉਹ ਬਹੁਤ ਸਾਰੀਆਂ ਜਿੱਦਾਂ ਸ਼ੋਲ ਵਗੈਰਾ ਤੇ ਕੱਪੜੇ ਬਹੁਤ ਸਾਰੇ ਉਹਨਾਂ ਦੇ ਉੱਪਰ ਲੋਕਾਂ ਨੇ ਲਿਆ ਤੇ ਉਹਨਾਂ ਨੇ ਕਿਤੇ ਕੀ ਬਾਅਦ ਦੇ ਵਿੱਚ ਕੀ ਕੀਤਾ ਉਹਨਾਂ ਨੂੰ ਅੱਗ ਲਾ ਦਿੱਤੀ ਕਿ ਜਾਂ ਕਿਸੇ ਨੂੰ ਦਿੱਤੇ ਜੀ ਇਹ ਪੁੱਛਣਾ ਸੀ ਇਹਨਾਂ ਨੂੰ ਜੀ ਜਿਹੜੇ ਕੱਪੜੇ ਉੱਪਰ ਪੈਂਦੇ ਆ ਨਾ
किसी तो कपड़े भी एक दो कपड़ा उपर छ के बाकी कपड़े सारे ही जो मौके का कोई सेवादार होंदार हों देते जाते होंगे आम तो आम आम कल्चर है बादल साहब के कपड़े का की किया मैं नहीं पता है पर आम कल्चर है कि असी जो साडे कोई ऐसा गल होंगी तो असं सेवादार का उत्थे मौके संस्कार करने वाले बंदे होंगे या फिर कोई उत्थे सेवादार होंगे जो कि पिंड विशेष तरह की होंगी कौम तो उन्होंने हवाले करते जाते हैं जी तो कपड़े जोड़े है चावला साहब। अच्छा, सुप्रीम कोर्ट ने शिवसेना की प्रॉपर्टी एकनाथ शिंदे के सपुरद करने वाली पटीशन रद्द कर दी है, की कहना चाहोगे? काफ़ी वड्डी प्रॉपर्टी है चावला साहब, 200 करोड़ की प्रॉपर्टी नहीं फिरदे आ जिहड़े कि उद्धव ठाकरे आ मतलब कि निचली मंजिल जी है शिवसेना की है उसके उपर उद्धव ठाकरे उसके उपर फिर होर अपना घर है भरा का तो वो ये तकरीबन होर प्रॉपर्टी काफ़ी आ तो वो पटीशन पाई से सुप्रीम कोर्ट के कि जिदा जयललिता होया जयललिता ने मरण तो बाद प्रॉपर्टी का रौला पै गया पार्टी पंगे पै गए थे तो यह पंगा ना पवे इस करके शिवसेना की प्रॉपर्टी भी एकनाथ शिंदे के हवाले कर दो। एकनाथ शिंदे तो गदार कहते उत्थे महाराष्ट्र वाले जो शिवसेना वाले है भी वो तो गदारी की शिवसेना बड़े कमाल कित बड़ा कमाल का फैसला आया चावला साहब सुप्रीम कोर्ट का उन्हें कहता कि यह किदा वह किदा मालिक हो सकता एकनाथ शिंदे उस प्रॉपर्टी का वो प्रॉपर्टी का मालिक नहीं हो सकता कदम भी प्रॉपर्टी का मालिक जो हैगा वो हैगा उद्धव ठाकरे आ असीं उन्हूं प्रॉपर्टी दे किवें मालिक बना सकदे आ शिवसेना की प्रॉपर्टी का सो शिवसेना की प्रॉपर्टी उद्धव ठाकरे कोल ही रहेगी। चावला साहब जिवें साढ़े दस्तार सजा के पूर्ण सिख नहीं बन जाता क्योंकि हिरदे विच भी सिख होना बड़ा जरूरी है तो पखंडी सिख बन जाते हैं दिखाए भी बड़े सिख होंगे ने आ जिन्हें गुरु ग्रंथ साहब की बेदबी की वेखन तो यह भी सिख लगता है तुरै जाता सी जदों गुरुद्वारे तो बाहर उदो सिख ही लगता होगा आके जो उन्हें चन्न चाड़िया वह भी सिखी रूप दे विच सो कोई इहो जिही घटना वापरदी तो सारे सिख नहीं खराब हो सकते तो सारे हिंदू जां मुसलमान नहीं खराब हो सकते सारे ईसाई नहीं हो सकते विच विरले होंदे ने। आखिरी क्वेश्चन आ बड़ा अहम आ खबर पढ़ रहे सां कि करनाल स्थित नंदी ग्राम है फूसगढ़ गऊशाला उस गऊशाला दे विच 45 गऊआं दी हत्या विच मोस्ट वांटड विजय कुमार पटियाले तो गिरफ्तार की है मामला है पहले गऊं असल ना गऊं सड़ गई सी खबर भी पढ़ी सी चावला साहब गऊं सड़ गई 45 के करीब गऊं के उहदे पर इल्जाम लगे सी विजय कुमार के उपर विजय कुमार काफ़ी देर तो भगौड़ा सी चलिया रहा सी फरार कह सकते हैं आपां फरार सी ते उस मोस्ट वांटड सी नाले काफ़ी उहदे पैसे भी रखे सी उहदे पर इनाम दे कुछ पुलिस ने ते उह कल पटियाले तो गिरफ्तार कर लिया जी उह 45 गऊं के कतल के दोष में तो लग केस चलने लग गए केस किवें होंदा उहदे पक्ष दे खिलाफ वक्री गल है तो उहनूं कल गिरफ्तार कर लिया। बहुत बहुत शुक्रिया किदा साहब थैंक यू तुहानूं मिलदे सोमवार नूं जी। तुसीं सुन रहे हो चावला न्यूज़ नेटवर्क टोरंटो CNN टोरंटो।